ਜਿਹੜਾ ਅੱਜ ਦਾ ਸਾਡਾ ਟੌਪਿਕ ਆ ਉਹ ਹੈਗਾ ਲੰਗੜਾਪਨ ਦੁਧਾਰੂ ਜਾਨਵਰਾਂ ਦੇ ਵਿੱਚ। ਮੈਂ ਜਿਹੜੀ ਪਿੱਛੇ ਪ੍ਰੈਜੈਂਟੇਸ਼ਨ ਆ ਉਹ ਤਕਰੀਬਨ ਸਾਰੀ ਇੰਗਲਿਸ਼ 'ਚ ਆ, ਪਰ ਮੈਂ ਸਾਰੀ ਪੰਜਾਬੀ ਬਦਲੂੰਗਾ, ਪੰਜਾਬੀ 'ਚ ਹੀ ਬੋਲੂੰਗਾ। ਜਿੱਥੋਂ ਤੱਕ ਲੰਗੜਾਪਨ ਦਾ ਸਵਾਲ ਆ, ਉਹ ਤੁਸੀਂ ਦੇਖਿਆ ਹੋਣਾ ਸਾਨੂੰ ਹੁਣ ਤੱਕ ਤਾਂ ਮੈਨੂੰ ਲੱਗਦਾ ਜਿੰਨੇ ਕੁ PDF ਨੇ ਮਤਲਬ ਤੁਹਾਡੇ ਲੈਕਚਰ ਕਰਵਾਏ ਆ, ਤਕਰੀਬਨ ਹੁਣ ਪਤਾ ਲੱਗ ਗਿਆ ਹੋਊਗਾ ਕਿ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੁੰਦੀਆਂ ਜਿਨ੍ਹਾਂ 'ਚ ਲੰਗੜਾਪਨ ਹੁੰਦਾ। ਮੈਨੂੰ ਦੱਸ ਸਕਦੇ ਹੋ ਕੁਛ ਕਿਹੜੀਆਂ ਕਿਹੜੀਆਂ ਬਿਮਾਰੀਆਂ 'ਚ ਲੰਗੜਾਪਨ ਹੁੰਦਾ ਜ਼ਿਆਦਾ ਪੈਣਾ? ਫਰਟੀਲਿਟੀ, ਕਿਉਂਕਿ ਕਿਉਂਕਿ ਉਹਦੀ ਜਿਹੜਾ ਸਾਈਕਲ ਆਉਣਾ ਉਹਦਾ 21 ਦਿਨਾਂ ਬਾਅਦ ਉਹ ਨੋਰਮਲ ਨਹੀਂ ਹੋਣਾ, ਉਹਦੀ ਜਿਹੜੀ ਓਵਰੀ ਆ ਉਹ ਟਾਈਮ ਸਿਰ ਉਹਦੇ 'ਤੇ ਫੋਲੀਕਲ ਨਹੀਂ ਬਣਨਾ। ਸੋ ਇਸ ਕਰਕੇ ਸਾਰਾ ਕੁਛ ਹੀ ਜਿਹੜਾ ਵਾ ਉਹਦਾ ਪਿੱਛੇ ਹੋਈ ਜਾਂਦਾ। ਜਿਵੇਂ ਮੰਨ ਲਓ ਕਿ ਇੱਕ ਜਾਨਵਰ ਨੇ 60 ਦਿਨਾਂ ਬਾਅਦ ਹੀਟ 'ਤੇ ਆਉਣਾ ਸੀ, ਨੋਰਮਲ ਜੇ ਸਾਰਾ ਕੁਛ ਹੁੰਦਾ, ਪਰ ਜੇ ਉਹ ਜਾਨਵਰ ਨੂੰ ਲੰਗੜਾਪਨ ਹੈਗਾ ਤਾਂ ਹੋ ਸਕਦਾ ਉਹ ਜਦੋਂ 60 ਦਿਨਾਂ 'ਤੇ ਹੀਟ 'ਚ ਆਵੇ ਅਤੇ ਤੁਸੀਂ ਉਹਨੂੰ ਟੀਕਾ ਭਰਵਾਓ ਤਾਂ ਉਹ ਹੋ ਸਕਦਾ ਉਹ ਰਵੇ ਹੀ ਨਾ, ਕਿਉਂਕਿ ਉਹਦਾ ਜਿਹੜਾ ਓਵੇਰੀਅਨ ਸਾਈਕਲ ਉਹ ਸਾਰਾ ਵਿਗੜ ਜਾਂਦਾ, ਉਹਦਾ ਫੋਲੀਕਲ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੁੰਦਾ ਤਾਂ ਕਿ ਉਹ ਜਿਹੜਾ ਰਹਿ ਸਕੇ। ਸੋ ਇਹ ਚੀਜ਼ਾਂ ਜਿਹੜੀਆਂ ਵਾ ਹੌਲੀ ਹੌਲੀ ਜਾਨਵਰ ਨੂੰ ਜਿਹੜਾ ਵਾ ਉਹ ਜਾਨਵਰ ਦਾ ਖਰਚਾ ਤੁਹਾਡੇ ਲਈ ਵਧਾਈ ਜਾਂਦੀਆਂ ਅਤੇ ਜਾਨਵਰ ਦੀ ਪ੍ਰੋਡਕਸ਼ਨ ਜਿਹੜੀ ਆ ਉਹ ਘਟੀ ਜਾਂਦੀ ਹੈ। ਇਸੇ ਤਰ੍ਹਾਂ ਦੁੱਧ ਦਾ ਵਾ, ਦੁੱਧ ਵੀ ਬਹੁਤ ਘੱਟ ਜਾਂਦਾ, ਕਿਉਂਕਿ ਜੇ ਜੇ ਜਿੱਥੋਂ ਤੱਕ ਖੁਰਾਂ ਦੇ ਵਿੱਚ ਕਈ ਵਾਰੀ ਮੋਈ ਹੋ ਜਾਂਦੀ, ਜਿਹਨੂੰ ਅਸੀਂ ਅਲਸਰ ਕਹਿ ਦਿੰਦੇ ਹਾਂ, ਉਹ ਘੱਟੋ ਘੱਟ ਕਈ ਵਾਰੀ 10% ਤੱਕ ਦੁੱਧ ਘਟਾ ਸਕਦਾ। ਸੋ 10% ਜੇ ਤੁਹਾਡੀ ਗਾਂ 40 ਕਿਲੋ ਦੁੱਧ ਦੇ ਰਹੀ ਹੈ ਤਾਂ 4 ਕਿਲੋ ਤਾਂ ਉਹਨੇ ਖਾ ਲਿਆ, ਬਾਕੀ ਹੋਰ ਇੰਨੇ ਇਨਵਾਇਰਮੈਂਟ ਫੈਕਟਰ ਨੇ ਜਿਨ੍ਹਾਂ ਨੂੰ ਕਿ ਤੁਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਰਹਿੰਦੇ ਹੋ ਕਿ ਆਹ ਠੀਕ ਹੋ ਜਾਵੇ ਅਤੇ ਮੇਰੀ ਗਾਂ ਦੀ ਪ੍ਰੋਡਕਸ਼ਨ ਨਾ ਘਟੇ, ਆਹ ਠੀਕ ਹੋ ਜਾਵੇ ਮੇਰੀ ਗਾਂ ਦੀ ਪ੍ਰੋਡਕਸ਼ਨ ਨਾ ਘਟੇ। ਸੋ ਇਹੋ ਜਿਹੇ ਕਈ ਫੈਕਟਰ ਨੇ। ਅੱਗੇ ਕਰੋ, ਅੱਗੇ ਕਰ ਦਿਓ। ਇਸ ਤੋਂ ਇਲਾਵਾ ਜਿਹੜਾ ਮੇਨ, ਨੈਕਸਟ ਕਰ ਦਿਓ ਅੱਗੇ, ਅਗਲੀ ਅੱਗੇ ਅੱਗੇ ਕਰੋ ਅੱਗੇ। ਆਹ ਸਾਰੀਆਂ ਚੀਜ਼ਾਂ ਉਹ ਨੇ ਜਿਹੜੀਆਂ ਕਿ ਜਾਨਵਰ ਦੇ ਲੰਗੜੇਪਨ ਹੋਣ 'ਤੇ, ਕਿਉਂਕਿ ਜਿੱਥੇ ਉਹਦੀ ਫਰਟੀਲਿਟੀ ਘਟਦੀ ਹੈ, ਜਿੱਥੇ ਦੁੱਧ ਘਟਦਾ, ਉਹਦਾ ਜਿਹੜੀ ਵੇਟ ਆ, ਵੇਟ ਵੀ ਘੱਟ ਕੇ ਉਹਦਾ ਜਿਹੜਾ ਬੋਡੀ ਕੰਡੀਸ਼ਨ ਸਕੋਰ ਆ ਉਹ ਵੀ ਥੱਲੇ ਰਹਿ ਜਾਣਾ, ਤੁਹਾਡੇ ਜਾਨਵਰ ਦੀ ਕੀਮਤ ਵੀ ਘੱਟ ਜਾਣੀ, ਕਿਉਂਕਿ ਉਹਨੇ ਪੂਰੀ ਤਰ੍ਹਾਂ ਖਾਣਾ ਨਹੀਂ, ਉਹਨੇ ਬੈਠੇ ਰਹਿਣਾ। ਉਹ ਬੈਠਣ ਨਾਲ ਕਈ ਵਾਰੀ ਮਸਟਾਈਟਸ ਦੇ ਚਾਂਸ ਵੀ ਜ਼ਿਆਦਾ ਹੋ ਜਾਂਦੇ, ਜਿਹੜਾ ਲੇਵੇ ਦਾ ਰੋਗ ਆ ਉਹ ਵੀ ਵੱਧ ਜਾਂਦਾ। ਇਸੇ ਤਰ੍ਹਾਂ ਜਿੱਦਾਂ ਜਿੰਨੀ ਵਾਰੀ ਤੁਸੀਂ ਉਹਨੂੰ ਟ੍ਰੀਟ ਕਰਾਉਂਦੇ ਹੋ ਉਹਦੀ ਫੀਸ ਵੀ ਵੱਧ ਜਾਂਦੀ ਹੈ, ਤੁਹਾਡਾ ਜਿਹੜਾ ਲੌਸ ਮਤਲਬ ਕਈ ਤਰ੍ਹਾਂ ਦਾ, ਕਈ ਉਹਦੇ 'ਤੇ ਮੈਡੀਕੇਸ਼ਨ ਵੀ ਜ਼ਿਆਦਾ ਹੋਣੀ ਆ। ਸੋ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਕੰਪਾਊਂਡ ਕਰਕੇ ਜਿਹੜਾ ਲੌਸ ਆ ਤੁਹਾਡਾ ਉਹ ਬਹੁਤ ਕਿਤੇ ਵੱਧ ਜਾਂਦਾ, ਜਿੰਨੀ ਕਿ ਤੁਸੀਂ ਕਿਉਂਕਿ ਪ੍ਰੋਡਕਸ਼ਨ ਨਾਲ ਉਹ ਤੋਂ ਫਾਇਦਾ ਲੈਣਾ ਹੁੰਦਾ। ਅਗਲੀ ਕਰਿਓ, ਨੈਕਸਟ, ਅਗਲੀ ਗੱਲ ਦੋ, ਅਗਲੀ ਗੱਲ ਦੋ। ਥੋੜ੍ਹਾ ਜਿਹਾ ਮੈਂ ਤੁਹਾਨੂੰ ਖੁਰ ਦੀ ਪੋਜੀਸ਼ਨ ਬਾਰੇ ਦੱਸਦਾ, ਪਰ ਨੈਕਸਟ ਕਰ, ਨੈਕਸਟ। ਪਰਮਾਤਮਾ ਨੇ ਨਾ ਖੁਰ ਬਹੁਤ ਮਤਲਬ ਬੰਦਾ ਹੀ ਬਹੁਤ ਵਧੀਆ ਤਰੀਕੇ ਨਾਲ ਬਣਾਇਆ, ਉਹਨੇ ਜਾਨਵਰ ਨੂੰ ਵੀ ਬਹੁਤ ਤਰੀਕੇ ਨਾਲ ਬਣਾਇਆ, ਔਰ ਪੂਰਾ ਉਹਦਾ ਅਰੇਂਜਮੈਂਟ ਕੀਤਾ ਕਿ ਇਹਨੂੰ ਮੈਂ ਕਿੱਥੋਂ ਕਿੱਦਾਂ ਕਿੱਦਾਂ ਉਹ ਪੈਰ ਰੱਖੂਗਾ, ਅਤੇ ਮੈਂ ਮਤਲਬ ਕਿੱਦਾਂ ਉਹਨੂੰ ਮਤਲਬ ਜਾਨਵਰ ਜਿਹੜਾ ਵਾ ਉਹ ਪ੍ਰੋਪਰ ਆਪਣਾ ਤੁਰ ਸਕਦਾ। ਹੁਣ ਆਹ ਜਿਹੜੀ ਹੱਡੀ ਜਿੱਥੇ ਮੈਂ ਪੀਡਲ ਬੋਨ ਲਿਖਿਆ, ਜਿਹੜੀ ਇਹ ਸਭ ਤੋਂ ਹੱਡੀ ਜਿਹੜੀ ਉਹ ਆ ਜਿਹੜੀ ਕਿ ਜਾਨਵਰ ਨੂੰ ਅਫੈਕਟ ਕਰਦੀ ਹੈ, ਉਹਦੀ ਤੋਰ ਨੂੰ ਅਫੈਕਟ ਕਰਦੀ ਹੈ। ਹੁਣ ਤਾਂ ਕੀ ਹੈ ਕਿ ਹੱਡੀ ਜਿਹੜੀ ਖੁਰੀ ਦੇ ਵਿੱਚ ਇੱਕ ਬੈਂਡ ਜੇ ਨਾਲ ਇੱਕ ਬੈਂਡ ਆ ਉਹਦੇ ਨਾਲ ਲਟਕੀ ਹੁੰਦੀ ਹੈ। ਜਦੋਂ ਜਾਨਵਰ ਸੁੰਦਾ ਉਦੋਂ ਜਦੋਂ ਜਾਨਵਰ ਸਾਡਾ ਪੁੜੇ ਰਿਲੈਕਸ ਕਰਦਾ, ਪੁੜੇ ਛੱਡਦਾ, ਉਦੋਂ ਇਹ ਸਾਰਾ ਕੁਛ ਜਿਹੜਾ ਵਾ ਉਹ ਜਿੱਦਾਂ ਹੀ ਪੁੜੇ ਢਿਲਕਦੇ ਆ, ਇਸੇ ਤਰ੍ਹਾਂ ਹੀ ਜਿਹੜਾ ਖੁਰੀ ਜਿੱਥੇ ਜਿਹਦੇ ਵਿੱਚ ਹੱਡੀ ਦੇ ਵਿੱਚ ਲਮਕੀ ਹੁੰਦੀ ਆ, ਜਿਹਦੇ ਨਾਲ ਜਿਹਨੂੰ ਬੈਂਡ ਕਹਿੰਦੇ ਆ ਅਸੀਂ, ਉਹ ਵੀ ਢਿੱਲਾ ਪੈ ਜਾਂਦਾ ਤੇ ਖੁਰੀ ਜਿਹੜੀ ਆ ਉਹ ਘੁੰਮ ਜਾਂਦੀ, ਉਹਦੇ ਨਾਲ ਵੀ ਜਿਹੜੀ ਬਿਮਾਰੀ ਦੇ ਚਾਂਸ ਜਿਹੜੇ ਵੱਧ ਜਾਂਦੇ ਆ। ਇਸੇ ਕਰਕੇ ਅਸੀਂ ਕਈ ਵਾਰੀ ਇਹ ਵੀ ਕਰਕੇ ਦੇਖਿਆ, ਕਿਉਂਕਿ ਮੈਨੂੰ ਲੱਗਦਾ ਘੱਟੋ ਘੱਟ ਦਲਜੀਤ ਨੂੰ ਤਾਂ ਪਤਾ, ਮੈਂ ਘੱਟੋ ਘੱਟ ਵੀ ਮੈਨੂੰ 15-20 ਸਾਲ ਹੋ ਗਏ, ਅਸੀਂ 10 ਕੁ ਥੀਸਿਸ ਕਰਤੇ ਹੁਣ ਇਹਦੇ 'ਤੇ, ਅਤੇ ਅਸੀਂ ਇਹਨੂੰ ਹਰ ਪਾਸਿਓਂ ਸਟੱਡੀ ਕਰ ਲਿਆ, ਪੰਜਾਬ ਦੇ ਹਿਸਾਬ ਨਾਲ ਪੂਰਾ ਅਸੀਂ ਇਹਨੂੰ ਦੇਖ ਲਿਆ ਕਿ ਸਾਡੇ ਪੰਜਾਬ ਦੇ ਵਿੱਚ ਕਿਹੜੇ ਫੈਕਟਰ ਆ ਜਿਹਦੇ ਕਰਕੇ ਸਾਡੇ ਜਾਨਵਰ 'ਚ ਲੰਗੜਾ ਪਨ। ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਫੈਕਟਰ ਹੈਗੇ ਆ, ਪਹਿਲੇ ਨੰਬਰ 'ਤੇ
खाना न्यूट्रिशन। हुण न्यूट्रिशन दे विच असी दो चीजां मेनली न्यूट्रिशन करते हैं, एक कॉन्सनट्रेट ते एक रफेज, या रफेज की जगह असी अजकल साइलेज वरतना शुरू करता। जिहड़ा कंसनट्रेट आ, गुरु साहब ने सानू बहुत वड्डा ग्रंथ दिता गुरु ग्रंथ साहब, और मैं कहना जिहड़ा जिन्हें गुरु ग्रंथ साहब भी पढ़िया उन्हें दुनिया से उहदा दुनिया से आना ही मेरे ख्याल एक तरह का वह नहीं आया बराबर, क्योंकि उहदे विच हर चीज जिहड़ी आ साइंस के आधार पर आ। साढ़े गुरुओं ने भावें साइंस पढ़ी ना हो पर वह साइंस के विधाता ही सीगे। पहला राग जिहड़ा आंदा उहदे विच श्री राग आंदा, श्री राग दे विच पहली चीज जिहड़ी गुरु साहब ने लिखी है गुरु नानक पातशाह ने, वह लिखी है बाबा होर खाना खुशी गवार, जित खाधे तन पीड़िए मन में चले विकार। सो इहदा मतलब यह है, हुण तुसी मन्नोगे कि असी 15-20 साल पहला असी कदे भी पेट वाले डाक्टर नूं कदे सुनिया भी नहीं सी कि भी पेट वाला भी डाक्टर हुंदा कोई। असी यह सुनते सी भी आ MD डाक्टर ते आ MBBS आ। हुण पेट वाला लहदा, जिगर वाला लहदा है ना, ते किडनियां वाला लहदा, सारे अखां वाला लहदा, हुण सारे वखरे वखरे हो गए। ते पेट वाले डाक्टर दे बाहर जाके देखो, अजीत सूद आ इत्थे DMC दे विच, मैनूं लगदा उहदे सब तों लंबी लाइन हुंदी, ते उहदी वजह वा खाणा। क्योंकि असी जिहड़ा अपना खाणा वा, जिहड़ा साडा बहुत वधिया खाणा सी पंजाब दा, उह बदलता, असी होर ही कुछ खाण लग गए। उहनां ने साडे वल देखणा सी, पछम वाले ने असी उन्हां वल देखण लग गए। भैड़ियां आदतां लैके आए उधरों, चंगियां असी उन्हां दीआं नहीं फड़ियां। और सब तो वड्डी लाइन हुंदी आ उन्हां 3 बजे तक, रात दे 3 बजे तक OPD चलदी है जी सूद दी, रात दे 3 बजे तक। हुण जिहड़ा महाराज ने सानूं दस्सिया सी कि बाबा होर खाणा खुशी गवार, उहदा मतलब यह है कि जिन्ना साडे शरीर नूं जरूरत है असी उन्ना खाणा, उस तों वध खावांगे ते शरीर तां साडा शरीर ते भी असर होगा ते मन च भी विकार पैदा होगा। और जो असी अपने हिसाब नाल करते हैं, जो असी अपने शरीर नाल करते हैं, उही असी जानवरां नाल करते हैं, क्योंकि साडा सिर्फ एक मतलब है कि साडे जानवर की प्रोडक्शन होनी चाहिए। जदों असी प्रोडक्शन करनी है, उहदे विच जो भी असी चीज पाउणी है।